18 अप्रैल को बिजली बोर्ड के लाइनमैन की जहरीली चीज के कारण संदिग्ध परिस्थितियों में हुई मौत को लेकर मृतक के परिवार वाले पुलिस प्रशासन के इंसाफ की गुहार लगा रहे हैं। वहीं पुलिस ने पहले 302 का मामला दर्ज किया था, जिसकी पुलिस ने इंक्वायरी लगाकर 306 का मामला कर दिया है, लेकिन 2.5 महीने से ऊपर का समय हो गया है, जिससे पीड़ित परिवार और बिजली बोर्ड के टेक्निकल सर्विसेज यूनियन कर्मचारी मामले में 5 नामजद लोगों की गिरफ्तारी की मांग कर रहे हैं, लेकिन पुलिस के हाथ अभी भी खाली हैं। इसी को लेकर आज बिजली बोर्ड के टेक्निकल सर्विसेज यूनियन और समाज सेवी संस्थाओं की तरफ से मामले में नामजद दोषियों को पकड़ने के लिए रोष प्रदर्शन कर धरना लगाकर फिरोजपुर फाजिलका नेशनल हाईवे पर जाम लगाया, जिससे तहसीलदार के आश्वासन के बाद इस धरने को उठाया गया। ਪ੍ਰਸ਼ਾਸਨ ਨੂੰ ਲਗਾਤਾਰ ਅਸੀਂ ਮਿਲਦੇ ਰਹੇ ਹਾਂ, ਪ੍ਰਸ਼ਾਸਨ ਨਾਲ ਗੱਲ ਕਰਦੇ ਰਹੇ ਹਾਂ, ਧਰਨੇ ਮਾਰਦੇ ਰਹੇ ਹਾਂ, ਪ੍ਰੈਸ ਵਾਲੇ ਦੇ ਸਮਰਥਨ 'ਚ ਧਰਨੇ ਮਾਰੇ ਆ, ਖੁਦ ਆਪ ਧਰਨੇ ਮਾਰੇ ਆ, TSU ਫੈਡਰੇਸ਼ਨ ਆ ਕੇ ਧਰਨੇ ਮਾਰੇ ਆ, ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ। 302 ਤੋੜ ਕੇ SSP ਸਾਹਿਬ ਨੇ 306 ਕਨਵਰਟ ਕਰਤੀ ਹੈ। ਚਲੋ ਕਿੱਥੋਂ ਪਤਾ ਲੱਗਿਆ ਕਿ ਪੈਸੇ ਲੈ ਕੇ ਪੁਲਿਸ ਨੇ ਜਾਂ ਮੌਜੂਦਾ MLA ਮੌਜੂਦਾ ਮੰਤਰੀਆਂ ਨੇ, ਇਹ ਖਾਸ ਕਰਕੇ ਕੋਈ ਫਿਰੋਜ਼ਪੁਰ ਦੇ ਜਿਹੜੇ MLA ਜਾਂ ਮੰਤਰੀ ਨੇ, ਉਹਨਾਂ ਦਾ ਨਾਂ ਆ ਰਿਹਾ ਕਿ ਉਹਨਾਂ ਨੇ ਪੈਸੇ ਲੈ ਕੇ 302 ਤੋੜ ਕੇ 306 ਕੀਤੀ ਹੈ। ਅਸੀਂ ਇਸ ਦੀ ਹੋਰ ਸ਼ਬਦਾਂ 'ਚ ਖੇਤੀ ਕਰਦੇ ਹਾਂ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਰਕਾਰੀ ਲਾਲ ਦੇ ਕਾਤਲ ਨੂੰ ਤੁਰੰਤ ਗ੍ਰਿਫਤਾਰ ਕਰੋ, 302 ਬਹਾਲ ਕੀਤੀ ਜਾਵੇ। ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ ਉਹਨਾਂ ਸਮੇਂ 'ਚ ਇਸ ਐਕਸ਼ਨ ਹੋਰ ਤਿੱਖਾ ਅਤੇ ਹੋਰ ਜ਼ਿਆਦਾ ਵਿਸ਼ਾਲ ਕਰਾਂਗੇ। ਹੁਣ ਲੋੜ ਪਈ ਤਾਂ ਅਸੀਂ ਮਰਦ ਲੋੜ 'ਤੇ ਹੀ ਬੈਠਾਂਗੇ। ਨਾ ਲਾਇਆ ਤੁਸੀਂ ਸਾਡੇ ਸਾਥੀ ਗਰਧਾਰੀ ਲਾਲ ਨੂੰ, ਉਸ ਦੀ ਡੈਥ ਹੋਈ ਨੂੰ 18/4/2018 ਦੀ ਗੱਲ ਹੈ। 19/4 ਨੂੰ ਥਾਣਾ ਸਿਟੀ ਦੇ ਵਿੱਚ FIR ਦਰਜ 0085 19/4/2018 ਦਰਜ ਕੀਤੀ ਗਈ ਹੈ। ਲਗਾਤਾਰ ਪੁਲਿਸ ਨੂੰ ਮਿਲ ਰਹੇ ਹਾਂ, ਲਗਾਤਾਰ ਸਾਡੇ ਵੱਲੋਂ ਧਰਨੇ ਲਾਏ ਜਾ ਰਹੇ ਨੇ, ਪੱਤਰਕਾਰ ਭਾਈਚਾਰੇ ਵੱਲੋਂ ਧਰਨੇ ਲਾਏ ਜਾ ਰਹੇ ਨੇ। ਸਾਡੇ ਧਰਨਿਆਂ ਜਾ ਕੇ SPH ਅੱਜ ਤੋਂ 1 ਮਹੀਨਾ ਪਹਿਲਾਂ ਉਹ ਐਲਾਨ ਕਰਕੇ ਜਾ ਰਿਹਾ ਵੀ 2 ਦਿਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। 27/6/2018 ਨੂੰ ਜਦੋਂ ਪੱਤਰਕਾਰ ਭਾਈਚਾਰੇ ਨੇ ਉਹ ਪੁਲ ਜਾਮ ਕੀਤਾ, SSP ਖੁਦ ਉੱਥੇ ਆ ਕੇ ਇਹ ਬਿਆਨ ਦੇ ਕੇ ਗਿਆ ਵੀ ਮੇਰੇ 'ਤੇ ਵਿਸ਼ਵਾਸ ਕਰੋ, 2 ਦਿਨਾਂ 'ਚ ਮੈਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗਾ। ਮੈਂ ਹੈਰਾਨ ਹਾਂ ਵੀ ਜੇਕਰ ਕਿਸੇ ਅਧਿਕਾਰੀ ਦੀ ਜਾਂ ਕਿਸੇ ਸਿਆਸਤਦਾਨ ਦੀ ਕੋਈ ਮੱਝ ਵੀ ਗੁਆਚੇ ਜਾਂ ਕੁਛ ਹੋਰ ਗੁਆਚੇ
ਤੇ ਉਹ ਚੀਜ਼ ਪਤਾਲ ਵਿੱਚੋਂ ਵੀ ਲੱਭ ਲਿਆਉਂਦੇ ਨੇ। ਇੱਕ ਸਾਡੇ ਸਾਥੀ ਦਾ ਕਤਲ ਹੋਇਆ, ਉਸ 'ਤੇ 302 ਦਾ ਪਰਚਾ ਦਰਜ ਹੋਇਆ। ਇੱਥੋਂ ਦੇ ਇੱਕ ਪੁਲਿਸ ਅਧਿਕਾਰੀ ਨੇ ਬਿਨਾਂ ਪਰਿਵਾਰ ਨੂੰ ਬੁਲਾਏ, ਬਿਨਾਂ ਸਾਡੇ ਮਹਿਕਮੇ ਨੂੰ ਬੁਲਾਏ, ਬਿਨਾਂ ਸਾਨੂੰ ਬੁਲਾਏ ਉਹ ਧਾਰਾ ਵੀ 302 ਤੋਂ 306 ਕਨਵਰਟ ਕਰ ਦਿੱਤੀ ਹੈ। ਪਰ ਹੈਰਾਨ ਆ ਵੀ ਇੰਕੁਆਇਰੀਆਂ ਇਸ ਤਰੀਕੇ ਨਾਲ ਹੁੰਦੀਆਂ। ਇੰਕੁਆਇਰੀ ਦਾ ਮਤਲਬ ਇਹ ਹੈ ਵੀ ਸਾਰਿਆਂ ਦਾ ਪੱਖ ਸੁਣਿਆ ਜਾਵੇ। ਬਿਨਾਂ ਪੱਖ ਸੁਣੇ ਜਿਹੜਾ ਇਹਨਾਂ 302 ਲਾਈ ਹੈ, ਅਸੀਂ ਉਸ ਦੀ ਵੀ ਕੰਡਮਨੇਸ਼ਨ ਕਰਦੇ ਹਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਵੀ ਜਿਹੜਾ ਪਰਚਾ ਦਰਜ ਕੀਤਾ ਗਿਆ ਇਹ 302 ਦਾ, ਉਸ ਨੂੰ ਬਹਾਲ ਰੱਖਿਆ ਜਾਵੇ। ਅਤੇ ਨਹੀਂ ਤਾਂ ਜੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ। ਫਿਰੋਜ਼ਪੁਰ ਦਾ ਜਿਹੜਾ ਅਮਨ ਕਾਨੂੰਨ ਜਿਹਦੇ ਰਖਵਾਲੇ ਬਣਦੇ ਨੇ, ਅੱਜ ਅਮਨ ਕਾਨੂੰਨ ਫਿਰੋਜ਼ਪੁਰ ਦੇ ਵਿੱਚ ਕੋਈ ਨਾਂ ਦੀ ਚੀਜ਼ ਨਹੀਂ ਹੈਗੀ। ਯਾਨੀ ਕਿ ਇੱਕ ਕਤਲ ਹੋਇਆ ਹੋਵੇ ਅਤੇ ਕਤਲ ਹੋਣ ਤੋਂ ਬਾਅਦ ਵੀ ਪੁਲਿਸ ਟਸ ਤੋਂ ਮਸ ਨਾ ਹੋਈ ਹੋਵੇ। ਪੁਲਿਸ ਅਧਿਕਾਰੀਆਂ ਦੇ ਬਿਆਨ ਆ ਰਹੇ ਨੇ ਵੀ ਪਰਿਵਾਰ ਸਾਨੂੰ ਦੱਸੇ ਉਹ ਦੋਸ਼ੀ ਕਿੱਥੇ ਨੇ, ਮੇਰੀ ਪੁਲਿਸ ਤਿਆਰ ਖੜੀ ਹੈ। ਕਿ ਪੁਲਿਸ ਦੇ ਮੁਖੀਆਂ ਨੂੰ ਇਹੋ ਜਿਹੇ ਬਿਆਨ ਦੇ ਕੇ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ? ਜੇ ਸਾਰਾ ਕੁਝ ਪਰਿਵਾਰ ਨੇ ਕਰਨਾ ਤਾਂ ਪੁਲਿਸ ਰਾਖੀ ਕਾਹਦੇ ਵਾਸਤੇ ਹੈ? ਇਹ ਲੋਕਾਂ ਦੀ ਰਾਖੀ ਕਰ ਰਹੀ ਹੈ ਜਾਂ ਜੋਕਾਂ ਦੀ ਰਾਖੀ ਕਰ ਰਹੀ ਹੈ? ਸੋ ਅੱਜ ਸਾਡੇ ਇਸ ਧਰਨੇ ਦੇ ਵਿੱਚ ਸਿਵਲ ਹਸਪਤਾਲ ਤੋਂ ਆਏ ਨੇ, ਅੱਜ ਸਾਡੇ ਕੋਲ ਰੇਲਵੇ ਦੇ ਯੂਨੀਅਨ ਦੇ ਆਏ ਨੇ, ਅੱਜ ਸਾਡੇ ਕੋਲ ਕਿਸਾਨ ਆਏ ਨੇ, ਅੱਜ ਸਾਡੇ ਕੋਲ ਹੋਰ ਮਜ਼ਦੂਰ ਯੂਨੀਅਨ ਆ ਅਤੇ ਹੋਰ ਬਹੁਤ ਸਾਰੀਆਂ ਯੂਨੀਅਨ ਜਿਹੜੀਆਂ ਇਸ ਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕੀਤਾ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਿੱਖਾ ਸੰਘਰਸ਼ ਕਰਾਂਗੇ। ਫਿਰੋਜ਼ਪੁਰ ਦੇ ਵਿੱਚ ਜੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਅਤੇ ਨਾਲ ਹੀ ਸਿਵਲ ਪ੍ਰਸ਼ਾਸਨ ਦੀ ਹੋਏਗੀ। ਯਾਨੀ ਕਿ ਸੋ ਅੰਤ 'ਚ ਫਿਰ ਅਸੀਂ ਬੇਨਤੀ ਕਰਦੇ ਹਾਂ ਵੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਰਿਵਾਰ ਅਤੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਧੰਨਵਾਦ। ਕੀਰਤੀ ਸ਼ਰਮਾ, ਦਿਵਿਆ ਪੰਜਾਬ ਟੀਵੀ, ਫਿਰੋਜ਼ਪੁਰ।